ਹੁਣ ਜਿਹੜੇ ਲੱਭ ਖਾਮੋਸ਼ ਹੈ ਤੇ ਜਿਹੜੇ ਹੱਥ ਤੁਸਾਂ ਖਾਮੋਸ਼ ਕੀਤੇ ਹੋਏ ਤੁਸਾਂ ਕਿਵੇਂ ਇਹ ਗੱਲ ਦੱਸਾਂਗੇ ਇਹਨਾਂ ਦੋ ਪਹਾੜੀਆਂ ਦੀ ਪਰਾਂ ਵਾਲੇ ਘਰ ਤੇ ਸੋਧਰਾਂ ਨਾਲ ਮੈਂ ਦਰਮਾਨ ਆ ਸੋਧਰਾਂ ਨਾਲ ਮੈਂ ਦਰਮਾਨ ਆ ਤੇ ਮੈਂ ਕਿਸਾ ਫਿਕਰਾ ਰਹੀ ਸੀ ਅਗਰ ਤੁਸਾਂ ਦੇ ਜਜ਼ਬਾਤ ਦੇ ਜ਼ਰਾ ਖੜੇ ਰਹੇ ਇਸ ਵਸਤੇ ਮਾੜੀ ਖਾਤਰ ਨਹੀਂ ਬਲਕਿ ਉਹ ਮਜ਼ਲੂਮ ਜਿਹੜੇ ਆ ਕਿਉਂਕਿ ਇਸ ਵੇਲੇ ਮੀਡੀਆ ਦਾ ਦੌਰ ਆ ਕਸ਼ਮੀਰ ਦੇ ਕੁਝ ਏਰੀਏ ਚ ਕਰਫਿਊ ਆ ਕੁਝ ਏਰੀਏ ਚ ਸਾਡੇ ਵੀਡੀਓ ਪੋਸਟ ਹੋਣ ਤਾਂ ਉਹਨਾਂ ਮਜ਼ਲੂਮਾਂ ਦੀ ਤੇ ਸਾਡੇ ਉਹਨਾਂ ਗੈਰਤਮੰਦ ਕਸ਼ਮੀਰੀਆਂ ਦੀ ਜਿਹੜੇ ਸਾਡੇ ਇੱਥੇ ਉਹ ਗੈਰਤਮੰਦ ਕਸ਼ਮੀਰੀ ਜਿਹੜੇ ਆ ਉਹਨਾਂ ਕੀ ਕਮ ਅਜ਼ ਕਮ ਇਤਨਾ ਅਹਿਸਾਸ ਹੋਇਆ ਤਕੀਕ ਹੈ ਜਿਲ੍ਹਾ ਕੋਈ ਵੀਡੀਓ ਕਲਿੱਪ ਉਹਨਾਂ ਕੀ ਵੀਡੀਓ ਕਲਿੱਪ ਜਿਹੜਾ ਲੱਭਿਆ ਉਹ ਤੱਕਣ ਜਿਸ ਵੇਲੇ ਉਹਨਾਂ ਕੀ ਇਹ ਪਤਾ ਲੱਗਾ ਕਿ ਸਾਡੇ ਜਿਹੜੇ ਕਸ਼ਮੀਰੀ ਭਰਾ ਥੱਪਰ ਹੈ ਰਹਿਣੇ ਉਹ ਜਾਗਣੇ ਔਰ ਇਹ ਸ਼ਵਦਾਏ ਬਾਹਰ ਲੈ ਔਰ ਇਹ ਸਰਦਾਰ ਸ਼ੇਰ ਦਿੱਲੀ ਧਰਤੀ ਹੈ ਇਹ ਉਹਨਾਂ ਮਜ਼ਲੂਮਾਂ ਕਸ਼ਮੀਰੀਆਂ ਕੀ ਪਤਾ ਲੱਗਣਾ ਚਾਹੀਦਾ ਤੇ ਦੋਸਤੋ ਨਾਲ ਨਾਲ ਗੱਲਾਂ ਹੋਣੀਆਂ ਨੇ ਅਸਲ ਪਰ ਤੁਸੀਂ ਤਵੱਜੋ ਰੱਖੋ ਜਿਸ ਵੇਲੇ ਮੈਂ ਕੋਈ ਗੱਲਬਾਤ ਆ ਕੋਸ਼ਿਸ਼ ਕਰਸੋ ਕੋਸ਼ਿਸ਼ ਕਰਸੋ ਮੇਰੀ ਉਸ ਗੱਲਾਂ ਦਾ ਜਵਾਬ ਵੀ ਦੇਸੋ ਬਿਲਾ ਤਾਖੀਰ ਬਜ਼ਮ ਨਾਲ ਆਵਾਜ਼ ਕਰਸਾ ਅੱਲਾ ਤਬਾਰਕ ਤਾਲਾ ਨੇ ਬਬਰਕਤ ਨਾ ਥੋ ਉਸ ਤੋਂ ਬਾਅਦ ਚੰਦ ਖਾਸ ਗੱਲਾਂ ਕਰਸਾ ਤੁਸੀਂ ਨੌਜਵਾਨ ਭਰਾ ਤਵੱਜੋ ਰੱਖੋ ਤੇ ਮੇਰੀ ਗੱਲਾਂ ਦਾ ਜਵਾਬ ਵੀ ਦੇਸੋ ਇੱਕ ਗੱਲ ਮੈਂ ਅਕਸਰ ਕਰਨਾ ਕਿਉਂਕਿ ਸਾਡਾ ਇੱਕ ਭਾਈ ਸਰਮਨ ਜੀ ਨੇ ਆਖਿਆ ਕਿ ਸੋਖਾ ਨਹੀਂ ਛੂਏ ਐਨ ਮੰਜ਼ਲ ਜਾਂਦੀ ਰਾਹ ਪੁਰ ਖਤਰ ਤਾਂ ਬਹਿ ਜਾਣਾ ਡਰ ਗਿਆ ਰੱਗਾ ਸਰਮਦਾ ਚੁੱਕਣੇ ਥੀ ਬੇਕਰ ਹੈ ਵੇ ਸਿਰ ਦਾ ਲੈ ਜਾਣਾ ਮੰਜ਼ਲ ਦੋ ਕੇ ਦੁਸ਼ਵਾਰ ਗੁਜ਼ਾਰ ਹੈ ਲੇਕਿਨ ਮੈਂ ਅੱਲਾ ਤਬਾਰਕ ਤਾਲਾ ਦੀ ਬਾਰਗਾਹ ਦੇ ਅੰਦਰ ਇਹ ਦੁਆ ਕਰਨਾ ਕਿ ਅੱਲਾ ਹੱਕ ਦੀ ਪਹਿਚਾਣ ਨਸੀਬ ਕਰੇ ਜਿਸ ਵੇਲੇ ਉਹ ਕਰੀਮ ਜ਼ਾਤ ਹੱਕ ਦੀ ਪਹਿਚਾਣ ਦੇ ਦੇਣੀ ਤਾਂ ਫਿਰ ਹੱਕ ਨੇ ਰਸਤੇ ਪਰ ਤੁਰਨਾ ਮੁਸ਼ਕਲ ਨਹੀਂ ਰਹਿਣਾ ਇਹ ਸਾਰੇ ਅਸਰਾਫ ਹਸਨ ਵੀ ਦੱਸਿਆ ਫਿਲਾ ਤਾਖੀਰ ਬਦਮ ਦਾ ਆਵਾਜ਼ ਕਰਸਾ ਇੱਕ ਦਫਾ ਬਿਸਮਿਲਾ ਮੈਂ ਮੈਂ ਤੁਸਾਂ ਵੀ ਦੇਣਾ ਮੈਂ ਤਾਂ ਤੁਸਾਂ ਨੇ ਆਖਣਾ ਸਾਰੇ ਇੱਕ ਦਫਾ ਬੋਲਣ ਪੁਰਜ਼ੋਰ ਤਰੀਕੇ ਨਾਲ ਬਿਸਮਿਲਾ ਮੈਂ ਤੁਸਾਂ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਤੁਸਾਂ ਸਾਰੇ ਬਾਹਰੋਂ ਦੀ ਸਰਜ਼ਮੀ ਜਿਹੜੀ ਮਾੜੇ ਤਾਦੇ ਸ਼ਿਰਦੇ ਦੀ ਸਰਜ਼ਮੀ ਨੇ ਉਸ ਉੱਪਰ ਤਸ਼ਰੀਫ ਆਇਆ ਹੋ ਤਾਂ ਮੈਂ ਨਾਰਾ ਤਕਬੀਰ ਅਕਸਾ ਤੇ ਸਾਰੇ ਅੱਲਾਹੁ ਅਕਬਰ ਆਖਿਆ ਤਾਂ ਉਹ ਕਸ਼ਮੀਰ ਆਜ਼ਾਦ ਹੋ ਸੀ ਮੈਂ ਉਸ ਤਾਦੇ ਦਾ ਪੋਤਰਾ ਆ ਠੀਕ ਹੈ ਕਿ ਨਹੀਂ ਨਾਰਾ ਤਕਬੀਰ ਉੱਠੀ ਤਾਂ ਉਹ ਨਾਰਾ ਤਕਬੀਰ ਨਾਰਾ ਤਕਬੀਰ ਨਾਰਾਇਣ ਰਿਸਾਲਤ ਬਿਸਮਿਲਲਾ ਜੀ ਅਸ਼ਵਾਦਾਨ ਨਸਲ ਅੱਗੇ ਇੱਥੇ ਬਦਮ ਦੇ ਅੰਦਰ ਮੌਜੂਦ ਹੈ ਬਿਸਮਿਲਲਾ ਪਰ ਇਹ ਗੱਲ ਯਾਦ ਰੱਖਿਆ ਕਿ ਉਹਨਾਂ ਸਭ ਤੋਂ ਆਪਣੀ ਕੀਮਤੀ ਚੀਜ਼ ਜਾਨ ਜਿਹੜੀ ਹੈ ਉਹ ਦਿੱਤੀ ਇਸ ਵਾਸਤੇ ਸੀ ਕਿ ਇਹ ਅਸਾਂ ਆਜ਼ਾਦ ਕਰਾਇਆ ਤਾਂ ਪਿਛਲਾ ਤੁਸਾਂ ਆਜ਼ਾਦ ਕਰਾਉਣਾ ਇਸ ਵਾਸਤੇ ਦਿੱਤੀਆਂ ਸੀ ਕੁਰਬਾਨੀਆਂ ਉਹਦਾ ਜਾਣਾ ਨਹੀਂ ਆ ਉਹ ਵਕਤ ਆਉਣ ਖੁਸ਼ਿਆ ਇਨਸ਼ਾਅੱਲਾ ਬਿਲਕੁਲ ਅਨ ਕਰੀਬ ਆ ਹੁਣ ਅਸਾਂ ਦੀ ਸਿਰਫ ਤਿਆਰੀ ਕਰਕੇ ਬਿਲਾ ਤਾਖੀਰ ਵਦਮ ਨਾ ਆਵਾਜ਼ ਕਰ ਸਾਲਾ ਤਬਾਰਕ ਤਾਲਾ ਨੇ ਬਬਰਕਤ ਨਾ ਥੋ ਲਿਖਣ ਵਾਲੇ ਨੇ ਲਿਖਿਆਂਗੇ ਫਿਰ ਮਾਂਗਾ ਕਰਨਾ ਆਲਾਦ ਉਸ ਨਾਮ ਤੋਂ ਕਰਨਾ ਆਲਾਦ ਉਸ ਨਾਮ ਤੋਂ ਜਿਸ ਦੇ ਤੁਸਾਂ ਸਾਰੇ ਨੇ ਧਰਤੀ ਬਾਹਰ ਦੇ ਅੰਦਰ ਤੁਸਾਂ ਨੇ ਸਾਰੇ ਦਾ ਮਾਣ ਦਿੱਤਾ ਹੈ ਜਿੱਥੇ ਉਹਨਾਂ ਨਾਲ ਖੁਸ਼ੀ ਮਸ਼ਹੂਰ ਆ ਤੇ ਇੱਕ ਤਰ੍ਹਾਂ ਦੀ ਟਾਈਮ ਨਾ
पासा तुसा सारे को दिता। मुसलमान बिलखसूस कश्मीरी बैठे होए तगड़े असा तुसा सारे ने जज्बात की भी तगड़े जेड़े मजलूम 175-174 दिन फुकैद ने अंदर है वह भी तगड़े तो मोदी बद वक्त जमीना भी तकसी अल्लाह पाक अपनी पाक किताब कुरान ने अंदर रखा पिछले दिनों तवज्जो दसो जो नौजवान हो बिलखसूस माड़िया गलों पर बुजुर्ग साढ़े सिरों ने साए उन्होंने भी जिन्होंने सारिया गलों का पता है सोशल मीडिया पर एक वीडियो क्लिप एक चलना सा मैं भी शेयर किया उसने अंदर उस्ताद बच्चे की गल आखी कि बच्चे तुम इस तरह कर सो क्योंकि बच्चे जड़े होने मन में सच्चे होने आख्या बच्चे तुम यह करना कि अस इतना एक लाइब्रेरी बना सकते घर में जड़ी जी कोई फालतू किताब हो सी तुम घरों चाहिए दुए दिन बच्चे स्कूल हाजिर हो बिस्मिल्लाह इधर माड़े मसा तवज्जो करो मैं क्या माड़े मसा ये सियासी जलसा कोई नहीं भाई तू बही जा या तू पिछे हटी जा ये अस जो इकट्ठे हो अस इस धरती माऊ ने पुत्र इकट्ठे हो कोई सियासी जलसा नहीं ना मैं कोई सियासी लीडर हाँ ना कोई आलम फाजल हाँ मैं पठवारी अदब ना एक अदम जा सफीर हाँ तो धरती माऊ का पुत्र हाँ तो अल्लाह पाक धरती का पुत्र होने का हक अदा करने का अल्लाह वो कर देता ये बड़ी उसकी मेहरबानी है गल मैं करना सा दुए दिन बच्चिया अपने अपने घर में किताब चाहिए थी सवेरा उस्ताद सवाल किया उस्ताद आख्या के बचो मैं घर तुसा की आख्या सा घरों की किताब चाहिए किताब दो चाहिए तो जो करे
बच्चे उठे, हर बच्चे अपने घरों कुरान पाक चाहिए था। हर बच्चे सुभान अल्लाह नहीं, हर बच्चे घरों कुरान पाक चाहिए था। गल पूरी सुनी गई, उस्ताद रो नहीं गया। उस्ताद आखिया बच्चे तुम सारे कुरान चाहिए नहीं आयो। बच्चे आखिया कि उस्ताद जी अबायद किताब ही जी सारे अंदर राज पढ़ी पी जा ते इस हद तक हर ताकत का अलमारियां पई होनी तो असा ये फालतू समझी तो चाहिए गया। इस असा मुसलमानों वास्ते सब तो बड़ा सोचने का मौका। अल्लाह पाक अपनी पाक किताब के अंदर आखिया कि हाय मान ले तुम दीन खुदा की मदद करो। तुम दीन खुदा की मदद करो, वो तुम्हारी मदद करेगा और तुम्हारे कदम मजबूत करेगा। तो मेरे भाई सरम जेल में इलाका जेल में आता लग अल्लाह पाक सड़े उस दोस्त की जल्द जल्द उस कैद में बिछू आजादी नसीब फरमा। उन्होंने लिखा हुआ बड़ा खूबसूरत शेर सही गलत है लिख रहे हैं अलफ को बिरबी को याद आया। जरा वादा किया था उसके अंदर अपना, वो वादा याद आया तो मैं क्या सोचा क्या करने लगा। अरे अलफ को रबी तुम याद आया ओ बरात कानू बलामादी पर तुरे
प्रोग्राम शिरकत करसा मेरे भाई सलमान जेल भी ना आएंगे बड़ी खूबसूरत बड़ी काबिल तवज्जो गल एक किसी जी सही गली है तवज्जो रखो जिस वेला मैं पढ़ा तुसा माड़े वास्ते दुआ करो कर सारे कि अल्लाह करा ये गल इस तरह माड़े तन बीत जाए तो लिखिया के साम रखा जामा करा दिलदा सिद्क साम रखा जामा करा दिलदा रसम पूरी निभाती कर दे ऐसी वफा हो जाए धरती माऊ के नाल ऐसी वफा हो जाए फिर क्या हुआ नक्श लगती फिर वफा
پاک شانے پاک نے اندر تمام سب کا باقی اندر رحمت للعالمین اللہ پاک نے فرمایا کہ ہم نے موت کو تمام جہانوں کے لیے رحمت بنا کے بھیجا لکھنا دے رہے لکھے آگے کریم آگے نے غصہ محمد ہوئی جو کہ دیر کریم ہوئی کہ کیلنا واجد اقبال لکیر علاقہ کوٹا تخالی انہوں نے لکھا ہوا ہے شعر اس کے بعد دو چار بول میں کوشش کر سکے دوستوں کے محبت کے مطابق پورے ہو جائے کشمیر ہے بس کشمیر یادا مسلمان دی جنت نظیر کشمیر جنت کافر کو ملی ہے نہ ملے گی بس کسے کافر کی نہیں رب کی بارگاہ اندھیر ہے اندھیر نہیں خون شہداء میں لکھی تحریر کشمیر کشمیر دوستان ایک نظر میں کر رہا ہوں جو فیصلہ جناب ہونا چاہیے مار کشمیریوں کی گئی بڑے خوبصورت لوگ سید منظور راما سلاقا کے بڑا بھی مدد لوگوں نے لکھے بازار کیا ملک ہے کیا ملک ہے سوار تو سر کو نہیں پاؤں
جو بڑی چپی تقریب کی تھی جناب رائے صاحب، جناب چودھری صاحب، جناب خان صاحب، جناب صاحب، کبیر صاحب خصوصی کشمیری حصہ میرا دوار
ਉਹਨਾਂ ਸਾਰਿਆਂ ਦੀ ਕਿਹੜੀ ਆਵਾਜ਼ ਆਉਣੀ ਚਾਹੀਦੀ ਦੇਖਿਆ ਦੌਲਤ ਬਾਦ ਨਹੀਂ ਚਾਹੀਦਾ ਸਾਨੂੰ ਭੁੱਖੇ ਨਾਵੇ ਚੌਧਰੀ ਆਬਦ ਹੁਸੈਨ ਆਬਦ ਅਲਾਕਾ ਮਰੀ ਨਾ ਸਰਕਾਰ ਅਲਾਕਾ ਉਹ ਇੱਕ ਜਗ੍ਹਾ ਲਿਖ ਲੈਂਗੇ ਜਿਸ ਇੱਕ ਮੁਸਲਮਾਨ ਭਰਾ ਨੇ ਗੱਲ ਸੁਣਿਆ ਇਹ ਗੱਲ ਸੁਣੀ ਜਿਸ ਤਾਈਂ ਗੈਰਤ ਸੁੱਤੇ ਵੀਰ ਦੀ
सुते होए वीर की जाग बेंदी अल्लाह करे सारी जावी है माड़ी भी तो तुसा सारे गैरत सुते होए वीर की जाग बेंदी लेके जाना है नदराना खुदा दी जा खुद वे खमीर दी जाग पई ओ रंग खून से हीरा इना बनिया किस्मत जन्नत जागीर दी जाग पई कश्मीर का जरा एक टुकड़ा आजाद होया एक ऐसा आजाद होया बोलो ना फिर मेरी बोलना लगा कैसे नाल आजाद होया चाहत नाल आजाद होया ना जाना ने नहराने जैन हुए एहतजाजा का नारे नाल नहीं होना होया बद जद पाए जहाद मुराद करके अज के नस्ल कश्मीर दी जान पई आपद जज्बा जहाद मुराद करके अज के नस्ल कश्मीर दी जान पई तो दिखा के कश्मीर के बेटे मेरे यार दिल बसंत राधा नसार मदियावर अल्लाह का गुजर काम लाता बड़ी खूबसूरत तरफकारी की थी जनाब ने तो अच्छा रखो कश्मीर के बेटे कश्मीर हमारा Thank you.
ਆਜ਼ਾਦੀ ਵਾਸਤੇ ਦਿੱਤਾ ਜਾਣਾ ਕੁਰਬਾਨ ਕੀਤੀਆਂ ਲੱਗਣ ਆ ਸਭ ਤੋਂ ਬੋਲਣ ਨਹੀਂ ਪਾਇਆ ਬਿਸਮਿਲਲਾ ਧਰਤੀ ਮਾਉ ਬੁਲਾਇਆ ਹਮ ਦੌੜ ਕੇ ਆਏ ਜਬ ਤੇਜ ਨਾ ਪੁਕਾਰਾ ਹਮੇਸ਼ਾ ਯਾਦ ਰਹੀ ਜਾਣੀਆਂ ਸ਼ਾਨ ਬਟਵਾਰ ਰਾਜਾ ਅਬਦੁਲ ਬੇਜਾਸਾ ਸਦਾਰਤ ਕੀਤੀ ਉਸ ਮਹਿਫਲ ਨੇ ਤੇ ਸਰਦਾਰ ਜੀ ਜਿਸ ਵੇਲੇ ਰਾਜਾ ਸਾਹਿਬ ਉੱਠੇ ਨਾ ਸਟੇਜਾ ਪਰ ਦੋ ਚਾਰ ਗੱਲਾਂ ਦੀ ਉਹਨਾਂ ਨੇ ਉਹਨਾਂ ਆਖਿਆ ਕਸ਼ਮੀਰ ਇੱਕ ਅੱਲਾਹ ਦੀ ਰਿਆਸਤ ਬਣਾ ਤਾਂ ਉਹ ਐਸਾ ਉਸਕੇ ਤੋਂ ਬੋਲਦਾ ਤੇ ਗੱਲਾਂ ਦਾ ਮੁਲਕ ਬਣਾ ਇੱਕ ਅੱਲਾਹ ਦੀ ਰਿਆਸਤ ਬਣਾ ਤਾਂ ਉਹ ਉਸਕੀ ਕਬੂਲ ਕਰਦਾ ਰਾਜਾ ਬੇਜਾਸਾ ਸਾਹਿਬ ਨੇ ਨਾਲ ਨੇ ਤਾੜੀਆਂ ਇੱਕ ਦਫਾ ਮਾਸਟਰ ਸਾਹਿਬ ਇਸੇ ਤਰ੍ਹਾਂ ਹੀ ਮੇਰੇ ਰਾਣਾ ਲਸਾਰੇ ਮਦੀਆਵਰ ਨੇ ਬਿਸਮਿਲਲਾ ਜੀ ਕੋਸ਼ਿਸ਼ ਕਰਨਾ ਦੋਸਤੋ ਦੋਸਤਾਂ ਨੇ ਨਜ਼ਰ ਕਰ ਗਿਆ
جڑی اصل حقیقت ہے جس کی طرف اس سارے کو پتہ چڑھیا اوکے جی میں امید کرتا ہوں سارے نوجوان جتنا بھی برا بالخصوص چڑیا دے مہربانی کر دیا ماڑے نال پرسوں بھی چیز آواز آئی ہر بندے کی ڈیمانڈ ہے ہر ایک بندے کی جی ڈیمانڈ ہے اس پر سے بیٹھے بھی ہوئے آخری آئٹم میں پیش کر سکتے ملی گیا کٹھے ہو گیا تو پھر اصل جتنے بھی دوست احباب برا اس پیڑا موجود ہو سارے کی میری طرف السلام علیکم بطور حاضری ایک شیر موجود کشمیر کے دوستان پیش نظر برادر راجہ افیم بابر صاحب اور بابر سامت صاحب بہت ہی اچھے انداز میں تسا کی اس چیز کو اگاہ کیتا نے کہ اے وقت جاگڑے را سیڑے نہ نہیں ہے قربان جائیے لکھا آواز
عزیزو میری طرف اور میری پوری پارٹی کی طرف السلام علیکم ورحمۃ اللہ وبرکاتہ وعدہ سلام کہ آج کی تقریب ہے شہید جڑی بابل سجی شہدا کشمیر اور جموں کشمیر نے سلسلے جنا کر ہے شیر پہ شاہ اور سجد ماں لکھنا لینے کی آگ ہے شہیدان کے یاد رکھا دیتا ہے پھر رنگ ضرور لاسی آخری گل پیش کرسا
سردار جی دنیا ظلم و ستم تکنی بڑے بڑے انسان مل رہے ہیں علمدار تو بڑے بڑے دعوے دار خاموش ہو گئے عمران بابر صاحب جنہ متعلق تحصیل گجر خان علاقہ دولتانہ بڑی قابل توجہ تو بڑی قابل داد گار انہوں نے لکھی میں انہوں کی داد دینا کیونکہ شاید جڑا ہونا وہ بے باک ہو اسے تو ادھر پیچھا ہو بسم اللہ تھوڑا سٹیج میں تھوڑی جی جا خالی رہ دو شاید جڑا ہونا وہ بے باک ہونا تو اس نے کم ہونا حق نہیں گال لے رہا میں داد دینا اس دوست کی بڑی خوبصورت کلمکاری اس دوست نے کی دی تو آئیں گے میری قلم ہے جڑی میں اس کی شاعری میں بڑی کافر ہے تجھ گلا لکھن واسطے کیونکہ ایک بڑی تن حقیقت ہے اور حقیقت کیا ہے کہ پیتے ہوا کشمیر دیا مظلوم ماواں اور بیٹیاں کی پرواہ کسے نہیں کی بلکہ کشمیر کی زمین کا ایک جھگڑا بنائی گیا اتنا رہنے والے انسانوں والے کوئی گھر نہیں بلکہ زمین کا جھگڑا بنائی گیا پانی کا جھگڑے بنائی گیا بڑے عرصے تو بڑے ظلم و ستم ہوئے بڑی خوبصورت کا عمران بابر نے لکھی دکھ رہے Oh, yeah.
ਇਬਰਾਹਿਮ ਬਾਬਰ ਸਰਕਾਰ ਦਾ ਇੱਕ ਗੱਲ ਮੇਰੇ ਮੋਹਤਰਮ ਸਦਰ ਮੌਜੂਦ ਹਰਾਮ ਸਰਕਾਰ ਨੇ ਲਿਖੀ ਹੋਈ ਬੜੇ ਖੂਬਸੂਰਤ ਇੱਕ ਆਵਾਜ਼ ਆਈ ਕਸ਼ਮੀਰ ਆਜ਼ਾਦ ਹੋਈ ਆ ਤੁਸਾਂ ਗੋਲੀ ਉਹਨਾਂ ਦੇ ਸਵੇਲਾ ਕਰਾਂ ਮੈਂ ਕਹਿੰਦਾ ਬੇਜ਼ੋਰ ਹੈ
میں اگے گل بھائی سی کہ تساں کی نہیں اس گلاں دا شاہد علم ہو کہ کتنے لکھاں لوگ اج تساں دی تکڑے شہدائے بار نہ لین دی تکڑے لکھاں دنیا تکڑے کشمیر آزاد ہویا کشمیر پاکستان بن گیا بلکہ سرشتہ ہو گیا کہ کشمیری سارے مسلمان پہ نمبر آ جڑے ہیں وہ کافر نے قید نے اندر ظلم سہنے تے اسا تر لے ریلیاں احتجاج تے ڈارے پاری دے پچھو کوئی نہ کر لے اے غیرت ایمانی نہ تقاضا نہیں میرے موسم سے کہ منظور رامش سرکار کا شعر آ لکھنا ہے دھرتی ماں دھرتی ماں ہوئی کوئی شک دیا دھرتی ماں کشمیری فرزندہ میں ظلم و جبر دے حامی امت ندا دے ایسی رسم تمامی نو من دال سکھیا جینا آسیا سمدار بڑے کشمیر کا ذرہ ذرہ ہے کشمیر کا ذرہ ذرہ کس نام اونچے بولو بعد اچھا کشمیر کا ذرہ ذرہ ہے کشمیر کے Thank you.
خالی ہاتھ ہی جڑی انڈیا نے مورچہ تک پہنچی گئی اس تھوڑی لکیر کی پار کری جائے لکسی نا خالی ہاتھ ہی اس جگہ پر سید منظور شاہ رحمت نے بڑے پیارے بول بسم اللہ
وہ دسو بڑی خوبصورت گل میں عرض کرسا میں سخت افسوس ہوا اس واسطے یہ جڑا کشمیر پٹھوار ادبی سنگت کا جڑا پیج آنا ادھے تو زیادہ لوگ جڑے جموں کشمیر نے اس کی لگنے Come on, 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 come on
Thank you.